ਪੈਕਟ 'ਚ ਲੁਕਾਏ ਕਰੋੜਾਂ ਦੇ ਹੀਰੇ, ਅੰਡਰਗਾਰਮੈਂਟਸ 'ਚ ਲੁਕਾਇਆ ਕਰੋੜਾਂ ਦਾ ਸੋਨਾ। ਦੇਖੋ ਕਸਟਮ ਵਿਭਾਗ ਨੇ ਕਿਵੇਂ ਫੜੇ ਸ਼ਾਤਰ ਤਸਕਰ। ਕਸਟਮ ਵਿਭਾਗ ਦੇ ਵੱਲੋਂ ਅਜਿਹੇ ਸ਼ਾਤਰ ਤਸਕਰਾਂ ਨੂੰ ਫੜਿਆ ਗਿਆ ਜੋ ਕਰੋੜਾਂ ਦੇ ਹੀਰੇ ਨੂਡਲਸ ਦੇ ਪੈਕਟ 'ਚ ਲੁਕਾ ਕੇ ਲਿਜਾ ਰਹੇ ਸਨ, ਤੇ ਨਾਲ ਹੀ ਜਦੋਂ ਇਹਨਾਂ ਤਸਕਰਾਂ ਦੀ ਤਲਾਸ਼ੀ ਲਈ ਗਈ ਤਾਂ ਸਰੀਰ ਦੇ ਅੰਦਰੋਂ ਕਰੋੜਾਂ ਦਾ ਸੋਨਾ ਵੀ ਫੜਿਆ ਗਿਆ ਹੈ। ਇਹ ਸ਼ਾਤਰ ਤਸਕਰ ਆਪਣੇ ਬੈਗ ਦੇ ਵਿੱਚ ਨੂਡਲਸ ਦੇ ਪੈਕਟ ਲੈ ਕੇ ਜਾ ਰਹੇ ਸਨ, ਜਿਨ੍ਹਾਂ ਨੂੰ ਖੋਲਿਆ ਗਿਆ ਤਾਂ ਉਹਨਾਂ ਦੇ ਵਿੱਚੋਂ 2.2 ਕਰੋੜ ਦੇ ਹੀਰੇ ਨਿਕਲੇ, ਤੇ ਨਾਲ ਹੀ ਤਸਕਰਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ 4 ਕਰੋੜ ਤੋਂ ਵੀ ਵੱਧ ਦਾ ਸੋਨਾ ਮਿਲਿਆ ਹੈ, ਜੋ ਕਿ ਇਹਨਾਂ ਤਸਕਰਾਂ ਦੇ ਵੱਲੋਂ ਆਪਣੇ ਗੁਪਤ ਅੰਗਾਂ 'ਚ ਲੁਕਾਇਆ ਗਿਆ ਸੀ। ਸੋਨੇ ਦਾ ਭਾਰ 6.815 ਕਿਲੋਗ੍ਰਾਮ ਹੈ ਤੇ ਹੀਰੇ ਤੇ ਸੋਨੇ ਦੀ ਕੁੱਲ ਕੀਮਤ 6.46 ਕਰੋੜ ਹੈ। ਇਹ ਕਾਰਵਾਈ ਮੁੰਬਈ ਕਸਟਮ ਵਿਭਾਗ ਨੇ ਕੀਤੀ ਹੈ। ਦਰਅਸਲ ਇਹ ਸ਼ਾਤਰ ਤਸਕਰ ਕੋਲੰਬੋ ਤੋਂ ਮੁੰਬਈ ਆਏ ਸਨ ਤੇ ਪਹਿਲਾਂ ਇੱਕ ਵਿਦੇਸ਼ੀ ਨਾਗਰਿਕ ਨੂੰ ਰੋਕਿਆ ਗਿਆ ਜਿਸ ਦੇ ਕੋਲੋਂ 6 ਕਿਲੋ ਤੋਂ ਵੱਧ ਸੋਨਾ ਮਿਲਿਆ ਜੋ ਉਸਨੇ ਆਪਣੇ ਗੁਪਤ ਅੰਗ ਦੇ ਵਿੱਚ ਲੁਕਾਇਆ ਹੋਇਆ ਸੀ। ਫਿਰ ਬਾਕੀ ਤਸਕਰਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਨੂਡਲਸ ਦੇ ਪੈਕਟ 'ਚੋਂ 2.2 ਕਰੋੜ ਦੇ ਹੀਰੇ ਵੀ ਮਿਲੇ। ਵਿਭਾਗ ਨੇ 4 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸੋਨਾ ਤੇ ਹੀਰੇ ਕਿੱਥੋਂ ਲਿਆਂਦੇ ਗਏ ਸਨ ਤੇ ਕਿਸ ਨੂੰ ਦਿੱਤੇ ਜਾਣੇ ਸੀ। ਨੂਡਲਸ ਦੇ ਪੈਕਟ 'ਚ ਲੁਕਾਏ ਕਰੋੜਾਂ ਦੇ ਹੀਰੇ, ਅੰਡਰਗਾਰਮੈਂਟਸ 'ਚ ਲੁਕਾਇਆ ਕਰੋੜਾਂ ਦਾ ਸੋਨਾ। ਦੇਖੋ ਕਸਟਮ ਵਿਭਾਗ ਨੇ ਕਿਵੇਂ ਫੜੇ ਸ਼ਾਤਰ ਤਸਕਰ। ਕਸਟਮ ਵਿਭਾਗ ਦੇ ਵੱਲੋਂ ਅਜਿਹੇ ਸ਼ਾਤਰ ਤਸਕਰਾਂ ਨੂੰ ਫੜਿਆ ਗਿਆ ਜੋ ਕਰੋੜਾਂ ਦੇ ਹੀਰੇ ਨੂਡਲਸ ਦੇ ਪੈਕਟ 'ਚ ਲੁਕਾ ਕੇ ਲਿਜਾ ਰਹੇ ਸਨ, ਤੇ ਨਾਲ ਹੀ ਜਦੋਂ ਇਹਨਾਂ ਤਸਕਰਾਂ ਦੀ ਤਲਾਸ਼ੀ ਲਈ ਗਈ ਤਾਂ ਸਰੀਰ ਦੇ ਅੰਦਰੋਂ ਕਰੋੜਾਂ ਦਾ ਸੋਨਾ ਵੀ ਫੜਿਆ ਗਿਆ ਹੈ। ਇਹ ਸ਼ਾਤਰ ਤਸਕਰ ਆਪਣੇ ਬੈਗ ਦੇ ਵਿੱਚ ਨੂਡਲਸ ਦੇ ਪੈਕਟ ਲੈ ਕੇ ਜਾ ਰਹੇ ਸਨ, ਜਿਨ੍ਹਾਂ ਨੂੰ ਖੋਲਿਆ ਗਿਆ ਤਾਂ ਉਹਨਾਂ ਦੇ ਵਿੱਚੋਂ 2.2 ਕਰੋੜ ਦੇ ਹੀਰੇ ਨਿਕਲੇ, ਤੇ ਨਾਲ ਹੀ ਤਸਕਰਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ 4 ਕਰੋੜ ਤੋਂ ਵੀ ਵੱਧ ਦਾ ਸੋਨਾ ਮਿਲਿਆ ਹੈ, ਜੋ ਕਿ ਇਹਨਾਂ ਤਸਕਰਾਂ ਦੇ ਵੱਲੋਂ ਆਪਣੇ ਗੁਪਤ ਅੰਗਾਂ 'ਚ ਲੁਕਾਇਆ ਗਿਆ ਸੀ। ਸੋਨੇ ਦਾ ਭਾਰ 6.815 ਕਿਲੋਗ੍ਰਾਮ ਹੈ ਤੇ ਹੀਰੇ ਤੇ ਸੋਨੇ ਦੀ ਕੁੱਲ ਕੀਮਤ 6.46 ਕਰੋੜ ਹੈ। ਇਹ ਕਾਰਵਾਈ ਮੁੰਬਈ ਕਸਟਮ ਵਿਭਾਗ ਨੇ ਕੀਤੀ ਹੈ। ਦਰਅਸਲ ਇਹ ਸ਼ਾਤਰ ਤਸਕਰ ਕੋਲੰਬੋ ਤੋਂ ਮੁੰਬਈ ਆਏ ਸਨ ਤੇ ਪਹਿਲਾਂ ਇੱਕ ਵਿਦੇਸ਼ੀ ਨਾਗਰਿਕ ਨੂੰ ਰੋਕਿਆ ਗਿਆ ਜਿਸ ਦੇ ਕੋਲੋਂ 6 ਕਿਲੋ ਤੋਂ ਵੱਧ ਸੋਨਾ ਮਿਲਿਆ ਜੋ ਉਸਨੇ ਆਪਣੇ ਗੁਪਤ ਅੰਗ ਦੇ ਵਿੱਚ ਲੁਕਾਇਆ ਹੋਇਆ ਸੀ। ਫਿਰ ਬਾਕੀ ਤਸਕਰਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚ ਨੂਡਲਸ ਦੇ ਪੈਕਟ 'ਚੋਂ 2.2 ਕਰੋੜ ਦੇ ਹੀਰੇ ਵੀ ਮਿਲੇ। ਵਿਭਾਗ ਨੇ 4 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸੋਨਾ ਤੇ ਹੀਰੇ ਕਿੱਥੋਂ ਲਿਆਂਦੇ ਗਏ ਸਨ ਤੇ ਕਿਸ ਨੂੰ ਦਿੱਤੇ ਜਾਣੇ ਸੀ।